नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो। ਅੱਜ ਸ਼੍ਰੀ ਅਦਵੈਤ ਸਕੂਲ ਤੇ ਗੁਰਦਾਸਪੁਰ ਚੈਂਬਰ ਆਫ ਕਾਮਰਸ ਤੇ ਗੁਰਦਾਸਪੁਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਇੱਕ ਬੜਾ ਹੀ ਚੰਗਾ ਉਪਰਾਲਾ ਕੀਤਾ ਗਿਆ। ਨਾ ਸਿਰਫ ਵਨ ਮਹੋਤਸਵ ਸੈਲੀਬ੍ਰੇਟ ਕੀਤਾ ਗਿਆ ਜਿੱਥੇ ਵੱਖ ਵੱਖ ਥਾਵਾਂ ਤੇ ਪੇੜ ਤੇ ਰੁੱਖ ਤੇ ਪੌਦੇ ਲਗਾਏ ਗਏ ਹਨ ਔਰ ਉਹਦੇ ਨਾਲ ਹੀ ਬੱਚਿਆਂ ਨੂੰ ਸੁਚੇਤ ਕੀਤਾ ਗਿਆ ਸੀ। ਬਟ ਉਹਦੇ ਨਾਲ ਨਾਲ ਜਿਹੜੇ ਹੈ ਬੱਚਿਆਂ ਦੇ ਥਰੂ ਇੱਕ ਨਸ਼ੇ ਦੇ ਵਿਰੁੱਧ ਬੜਾ ਚੰਗਾ ਮੈਸੇਜ ਵੀ ਦਿੱਤਾ ਗਿਆ। ਬੱਚਿਆਂ ਨੇ ਆਪਣੇ ਆਪ ਇੱਕ ਸਕਿੱਟ ਤਿਆਰ ਕੀਤੀ ਤੇ ਸਾਰੇ ਸਕੂਲ ਦੇ ਮੈਨੇਜਮੈਂਟ ਐਂਡ ਜਿਹੜੇ ਪੇਰੈਂਟਸ ਹੈ ਬੱਚੇ ਹੈ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਨਸ਼ੇ ਦੇ ਮਾੜੇ ਪ੍ਰਭਾਵ ਕਿਸ ਤਰ੍ਹਾਂ ਕਿਸੇ ਪਰਿਵਾਰ ਨੂੰ ਖਰਾਬ ਕਰਦੇ ਆ। ਸੋ ਇਹ ਸਾਬਿਤ ਕਰਦਾ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਬੜੀ ਸਚੇਤ ਹੈ ਤੇ ਅਵੇਅਰ ਹੈ। ਉਹਨਾਂ ਨੂੰ ਆਪਣੀ ਰਾਈਟਸ ਦਾ ਵੀ ਪਤਾ ਹੈ ਤੇ ਉਹਨਾਂ ਨੂੰ ਆਪਣੀ ਰਿਸਪੋਂਸੀਬਿਲਿਟੀ ਬਾਰੇ ਵੀ ਪਤਾ ਹੈ ਔਰ ਇਹ ਜਿਸ ਤਰ੍ਹਾਂ ਕੰਮ ਕਰਦਾ ਮੈਨੂੰ ਉਮੀਦ ਹੈ ਕਿ ਅੱਗੇ ਵੀ ਸਮਾਜ ਦੇ ਭਲਾਈ ਦੇ ਲਈ ਤੇ ਆਪਣੇ ਵਾਤਾਵਰਨ ਦੀ ਤੰਦਰੁਸਤ ਉਹਦੀ ਪਿਓਰਿਟੀ ਦੇ ਲਈ ਕੰਮ ਕਰਦੇ ਰਹਿਣਗੇ। ਅਸੀਂ ਸਾਰੇ ਜਿਹੜਾ ਇਹਨਾਂ ਦਾ ਜਿਹੜਾ ਕੋਪਰੇਸ਼ਨ ਹੈ ਇਹ ਪੁਲਿਸ ਵੱਲੋਂ ਵੀ ਬੜਾ ਅਪਰੀਸ਼ੀਏਟ ਕੀਤਾ ਗਿਆ ਹੈ ਤੇ ਅੱਗੇ ਵੀ ਇਹਨਾਂ ਨੇ ਕਈ ਪ੍ਰੋਗਰਾਮਸ ਬਣਾਏ ਹੈ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ। ਆਈ ਥਿੰਕ ਮੋਰ ਦੈਨ 100 ਪਲਾਂਟਸ ਜੋ ਹੈ ਉਹ ਲਗਾਏ ਗਏ ਹਨ ਔਰ ਕਈ ਸਾਰੇ ਹੁਣ ਵੀ ਚੱਲ ਰਹੇ ਹੈ ਤੋ ਉਹ ਕੰਟੀਨਿਊ ਰਹੇਗਾ ਪ੍ਰੋਸੈਸ। ਬੂਟੇ ਲਗਾ ਕੇ ਇਹਨਾਂ ਨੇ ਅਨਾਊਂਸ ਵੀ ਕੀਤਾ ਕਿ ਜਿਹੜੇ ਬੱਚੇ ਆਪਣੇ ਲਗਾਏ ਗਏ ਬੂਟੇ ਦਾ ਖਿਆਲ ਰੱਖਣਗੇ ਤੇ ਉਹਨੂੰ ਅਬਜ਼ਰਵ ਕੀਤਾ ਜਾਏਗਾ ਪ੍ਰਿੰਸੀਪਲ ਸਾਹਿਬ ਦੇ ਥਰੂ ਜਾਂ ਐਡਮਿਨਿਸਟ੍ਰੇਸ਼ਨ ਦੇ ਥਰੂ ਤੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ। ਆਮ ਪਬਲਿਕ ਨੂੰ ਇਹੀ ਸੰਦੇਸ਼ ਹੈ ਕਿ ਵਾਤਾਵਰਨ ਸਾਡਾ ਜਿਹੜਾ ਹੈ ਕਿਉਂਕਿ ਡਿਵੈਲਪਮੈਂਟ ਔਰ ਗਰੋਥ ਜਿਹੜੀ ਹੈ ਉਹ ਵੀ ਹੋਣੀ ਹੈ ਤੇ ਉਹਦੇ ਨਾਲ ਨਾਲ ਪੋਲਿਊਸ਼ਨ ਦੀ ਪ੍ਰੋਬਲਮ ਜਿਹੜੀ ਉਹ ਵੀ ਸਾਹਮਣੇ ਆਉਂਦੀ ਹੈ। ਸੋ ਆਪਾਂ ਆਪਣਾ ਕੰਮ ਜਿਹੜਾ ਆਪਣੀ ਰਿਸਪੋਂਸੀਬਿਲਿਟੀ ਹੈ ਜੋ ਬੜੀ ਸੌਖੇ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਕਿ ਜਿੱਥੇ ਵੀ ਕੋਈ ਖਾਲੀ ਏਰੀਆ ਹੈ ਜਾਂ ਜੋ ਕੋਈ ਜਿੱਥੇ ਡਿਫੋਰੈਸਟੇਸ਼ਨ ਹੋਇਆ ਜਿੱਥੇ ਰੁੱਖ ਕੱਟੇ ਗਏ ਆ ਉਹਨਾਂ ਦੀ ਥਾਂ ਤੇ ਅਸੀਂ ਨਵੇਂ ਰੁੱਖ ਲਾਈਏ ਔਰ ਉਹਨਾਂ ਦਾ ਖਿਆਲ ਰੱਖੀਏ ਤੇ ਆਪਣੇ ਵਾਤਾਵਰਨ ਦਾ ਖਿਆਲ ਰੱਖੀਏ ਕਿਉਂਕਿ ਜੇਕਰ ਵਾਤਾਵਰਨ ਚੰਗਾ ਰਹੂਗਾ ਤੰਦਰੁਸਤ ਰਹੂਗਾ ਉਹੀ ਆਪਣੇ ਆਉਣ ਵਾਲੀ ਜਨਰੇਸ਼ਨ ਜਿਹੜੀ ਉਹ ਵੀ ਤੰਦਰੁਸਤ ਹੈ। ਜੈ ਸ਼੍ਰੀ ਰਾਮ। ਅੱਜ ਦਾ ਜਿਹੜਾ ਸਾਡੇ ਚੈਂਬਰ ਆਫ ਕਾਮਰਸ ਦਾ ਐਫਰਟ ਸ਼ੁਰੂ ਕੀਤੇ ਗਏ ਸੀਗੇ ਇਹ ਸਾਡੇ ਐਫਰਟ ਦੀ ਇੱਕ ਲੜੀ ਸੀ ਕਿ ਅਸੀਂ ਹਰ ਸਕੂਲ ਚ ਜਾ ਕੇ ਆਪਣੇ ਬੱਚਿਆਂ ਨੂੰ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਪ੍ਰੋਤਸਾਹਿਤ ਕਰੀਏ ਉਹਨਾਂ ਨੂੰ ਨਿਸ਼ਚੇ ਦਵਾਈਏ ਵੀ ਉਹ ਆਪਣੇ ਆਪਣੇ ਵਾਤਾਵਰਨ ਦੀ ਸ਼ੁੱਧੀ ਵਾਸਤੇ ਔਰ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਉਹਦੇ ਵਾਸਤੇ ਪੌਦੇ ਲਾਉਣ ਔਰ ਪੌਦੇ ਲਾਉਣ ਦੇ ਨਾਲ ਪੌਦਿਆਂ ਦੀ ਦੇਖਭਾਲ ਕਰਨ। ਅੱਜ ਦਾ ਸਾਡਾ ਇਹ ਪ੍ਰੋਗਰਾਮ ਸ਼੍ਰੀ ਅਦਵੈਤ ਸਕੂਲ ਦੇ ਵਿੱਚ ਸੀਗਾ। ਇਹ ਐਂਡ ਮੈਨੇਜਮੈਂਟ ਨੇ ਬਹੁਤ ਸਾਡਾ ਸਾਥ ਦਿੱਤਾ, ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਅਸੀਂ ਇਹ ਲੜੀ ਨੂੰ ਅੱਗੇ ਵੀ ਜਾਰੀ ਰੱਖਾਂਗੇ। SSB ਸਾਹਿਬ ਨੂੰ ਇਹ ਰਿਕੁਐਸਟ ਕੀਤੀ ਹੈ ਵੀ ਇਸ ਲੜੀ ਨੂੰ ਜਾਰੀ ਰੱਖਣ ਜੇ ਸਾਡੀ ਨਾਲ ਤੁਸੀਂ ਸਪੋਰਟ ਕਰੋ। ਉਹਨਾਂ ਨੇ ਕਿਹਾ ਕਮਿਟਮੈਂਟ ਕੀਤੀ ਹੈ ਮੈਂ ਤੁਹਾਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਨਸ਼ੇ ਦੇ ਵਿਰੁੱਧ ਪੌਦਿਆਂ ਦੇ ਵਾਤਾਵਰਨ ਦੇ ਵਾਸਤੇ ਪੌਦਿਆਂ ਦੀ ਰੱਖ ਰਖਾਓ ਔਰ ਪੌਦੇ ਲਾਉਣ ਚ ਸਾਨੂੰ ਪੁਲਿਸ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਪੂਰੀ ਸਹਾਇਤਾ ਕੀਤੀ ਜਾਏਗੀ ਔਰ ਇਸੇ ਤਰੀਕੇ ਸਾਡੀ ਜਿਹੜੀ ਚੈਂਬਰ ਆਫ ਕਾਮਰਸ ਸੰਸਥਾ ਇਹ ਲੜੀ ਨੂੰ ਅੱਗੇ ਲੈ ਕੇ ਜਾਏਗੀ।
ਔਰ ਆਉਣ ਵਾਲੇ ਸਮੇਂ 'ਚ ਜੇ ਕੋਈ ਹੋਰ ਵੀ ਸਮਾਜ ਦੀ ਮੁਸ਼ਕਲ ਆਏਗੀ ਤੇ ਸਾਡੀ ਸੰਸਥਾ ਉਹਦੇ ਵਾਸਤੇ ਵੀ ਪ੍ਰਯਤਨ ਕਰੇਗੀ। ਇਹਨਾਂ ਸ਼ਬਦਾਂ ਨਾਲ ਸ਼ਿਮਾ ਦਾ ਜੈ ਹਿੰਦ। ਸ਼੍ਰੀ ਅਦਵੈਤ ਗੁਰੂਕੁਲ ਹਾਈ ਸਕੂਲ ਨੇ ਇੱਕ ਵਿਕਸ਼ਾ ਰੋਪਣ ਕਾ ਆਯੋਜਨ ਕੀਆ ਗਿਆ, ਜਿਸ ਮੇ ਹਮਾਰੇ ਸ਼ਹਿਰ ਕੀ SSP ਸ਼੍ਰੀ ਹਰੀਸ਼ ਕੁਮਾਰ ਦਾਮਿਆ ਜੀ ਮੌਜੂਦ ਥੇ। ਉਹਨਾਂ ਨੇ ਨਾ ਹੀ ਕੇਵਲ ਪਲਾਂਟ ਲਗਾਏ ਬਲਕਿ ਬੱਚੋਂ ਕੋ ਵੀ ਜ਼ਿਆਦਾ ਸੇ ਜ਼ਿਆਦਾ ਪਲਾਂਟ ਲਗਾਨੇ ਕਾ ਇੱਕ ਬਹੁਤ ਸੁਨਹਿਰਾ ਸੰਦੇਸ਼ ਦਿਆ। ਇਸ ਮੌਕੇ ਤੇ ਮੈਂ ਗੁਰਦਾਸਪੁਰ ਚੈਂਬਰ ਆਫ ਕਮਰਸ ਕੇ ਸਭੀ ਮੈਂਬਰ ਕਾ ਸ਼ੁਕਰੀਆ ਅਦਾ ਕਰਨਾ ਚਾਹੂੰਗੀ, ਜਿਨ੍ਹਾਂ ਨੇ ਆਗੇ ਹੋ ਕੇ ਹਮਾਰਾ ਇਸ ਮਿਸ਼ਨ ਕੋ ਆਰਗਨਾਈਜ਼ ਕਰਵਾਨੇ ਮੇ ਹਮਾਰਾ ਬਹੁਤ ਸਹਿਯੋਗ ਦਿਆ। ਇਸ ਮੌਕੇ ਤੇ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਹਮੇ ਜ਼ਿਆਦਾ ਸੇ ਜ਼ਿਆਦਾ ਪੇੜ ਪੌਦੇ ਲਗਾਨੇ ਚਾਹੀਏ। ਪੇੜ ਪੌਦੇ ਨਾ ਹੋਣੇ ਕਾ ਮਤਲਬ ਹੈ ਕਿ ਹਮੇ ਹਮਾਰੇ ਆਗੇ ਆਨੇ ਵਾਲੀ ਜਨਰੇਸ਼ਨ ਕੋ ਨਾ ਹੀ ਕੋਈ ਫਲ ਮਿਲੇਗਾ, ਨਾ ਹੀ ਕੋਈ ਸਬਜ਼ੀ ਮਿਲੇਗੀ, ਕੋਈ ਸ਼ੇਡ ਲੈਣੇ ਕੇ ਲਈ ਕੋਈ ਵਰਿਕਸ਼ ਰਹੇਗਾ ਹੀ ਨਹੀਂ। ਮੈਂ ਆਪਣੀ ਲਾਲਚ ਕੋ ਪੂਰਾ ਕਰਨੇ ਕੇ ਲਈ ਵਰਿਕਸ਼ੋ ਕੋ ਨਹੀਂ ਕਾਟਨਾ ਚਾਹੀਏ। ਹਮੇ ਇਸ ਬਾਤ ਕਾ ਹਮੇਸ਼ਾ ਯਾਦ ਰੱਖਣਾ ਚਾਹੀਏ, ਅਗਰ ਆਜ ਹਮ ਇੱਕ ਵਰਿਕਸ਼ ਕਾਟੇਂਗੇ ਤਾਂ ਹਮ 100 ਜਾਨੋ ਕੋ ਕੁਰਬਾਨ ਕਰੇਂਗੇ। ਸੋ ਮੇਰਾ ਸ਼੍ਰੀ ਅਦਵੈਤ ਗੁਰੂਕੁਲ ਹਾਈ ਸਕੂਲ ਕੀ ਔਰ ਸੇ ਪੂਰੇ ਗੁਰਦਾਸਪੁਰ ਕੇ ਲੋਗੋਂ ਕੋ ਯਹੀ ਸੰਦੇਸ਼ ਹੈ, ਜ਼ਿਆਦਾ ਸੇ ਜ਼ਿਆਦਾ ਹਮ ਪੇੜ ਪੌਦੇ ਲਗਾਏ। ਜਹਾਂ ਆਗੇ ਇਹ ਕਹਾ ਜਾਤਾ ਥਾ ਕਿ ਹਰ ਇੱਕ ਕੋ ਇੱਕ ਪੌਦਾ ਲਗਾਨਾ ਚਾਹੀਏ, ਮੈਂ ਅੱਜ ਸਭ ਸੇ ਯਹੀ ਪ੍ਰਾਰਥਨਾ ਕਰਤੀ ਹੂੰ ਹਰ ਇੱਕ ਇਨਸਾਨ 10 ਪੌਦੇ ਲਗਾਏ ਤਾਂ ਕਿ ਇਹ ਦੇਸ਼ ਹਮਾਰਾ ਪੂਰਾ ਸਮਾਜ ਗਰੋ ਕਰ ਸਕੇ ਔਰ ਜ਼ਿਆਦਾ ਸੇ ਜ਼ਿਆਦਾ ਹਮ ਉਨਤੀ ਕਰ ਸਕੇ। ਪੇੜੋਂ ਕੋ ਲਗਾਨੇ ਨੇ ਹੀ ਹਮਾਰੀ ਅਸਲੀ ਉਨਤੀ ਹੈ। ਇਸ ਬਾਤ ਕੋ ਮੈਂ ਚਾਹਤੀ ਹੂੰ ਹਮ ਆਪਣੀ ਅੱਜ ਯੁਵਾ ਪੀੜ੍ਹੀ ਕੋ ਵੀ ਇਸ ਬਾਤ ਕੋ ਸਮਝਾਏ। ਸ਼੍ਰੀ ਜੋ ਅੱਜ ਹਮਨੇ ਪੇੜ ਪੌਦੇ ਲਗਾਏ ਹੈ ਹਮਨੇ ਬੱਚੋਂ ਮੇ ਬਾਂਟੇ ਹੈ ਕਿਉਂਕਿ ਵੋ ਹਮਾਰੀ ਯੁਵਾ ਪੀੜ੍ਹੀ ਹੈ। ਉਨਕੇ ਥਰੂ ਮੈਂ ਹਮ ਇਹ ਮੈਸੇਜ ਦਿਲਾਨਾ ਚਾਹਤੇ ਹੈ ਕਿ ਕੇਵਲ ਉਹਨਾਂ ਨੇ ਪੇੜ ਪੌਦੇ ਨਹੀਂ ਲਗਾਨੇ ਬਲਕਿ ਇਸਕੋ ਪਾਣੀ ਦੇਣਾ, ਇਸਕੋ ਨਰਚਰ ਕਰਨਾ ਹੈ ਤਾਂ ਕਿ ਇਹ ਕੱਲ ਇੱਕ ਬਹੁਤ ਬੜੇ ਵਰਿਕਸ਼ ਕਾ ਰੂਪ ਲੈ ਸਕੇ ਜੋ ਹਮਾਰੀ ਆਗੇ ਆਨੇ ਵਾਲੀ ਜਨਰੇਸ਼ਨ ਕੋ ਆਪਣਾ ਪਿਆਰ, ਆਪਣੀ ਸ਼ੇਰ, ਆਪਣਾ ਦੁਲਾਰ ਦੇ ਸਕੇ। ਇਸੀ ਸੇ ਅੱਜ ਹਮਨੇ ਪੇੜ ਪੌਦੇ ਬੱਚੋਂ ਕੋ ਬਾਂਟੇ ਹੈ।